ਕੌਡੀ ਵੀ ਨਾ ਮੁੱਲ, ਮੇਰਾ ਕੌਡੀ ਵੀ ਨਾ ਮੁੱਲ, ਮੇਰਾ ਕੌਡੀ ਵੀ ਨਾ ਮੁੱਲ, ਤੇ ਤੂੰ ਸੋਨੇ ਦੀ ਖਾਂ। ਸਤਿ ਸ਼੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਵੀਡੀਓ ਲੈ ਕੇ ਆਏ ਜੀ ਕਮਰ ਗਰੇਵਾਲ ਦਾ ਸੌਂਗ ਬੰਦਾ ਬੇਈਮਾਨ। ਅਤੇ ਪਹਿਲਾਂ ਜਦੋਂ ਟੀਜ਼ਰ ਆਇਆ ਸੀ ਇਸ ਸੌਂਗ ਦਾ, ਤਾਂ ਉਹਦੇ ਵਿੱਚ ਬੱਬੂ ਮਾਨ ਸਾਹਿਬ ਦਾ ਨਾਮ ਲਿਖਿਆ ਹੋਇਆ ਸੀ, ਪਰ ਸੌਂਗ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੌਂਗ ਦੇ ਵਿੱਚ ਨਾਮ ਨਹੀਂ ਹੈਗਾ। ਅਤੇ ਬੜਿਆਂ ਦੇ ਕਮੈਂਟ ਵੀ ਆ ਰਹੇ ਸੀ ਕਿ ਬੱਬੂ ਮਾਨ ਦਾ ਨਹੀਂ ਲਿਖਿਆ ਹੋਇਆ ਜਾਂ ਕਿੱਦਾਂ ਹੈ, ਕੀ ਹਿਸਾਬ ਕਿਤਾਬ ਹੈ, ਮੈਨੂੰ ਚੰਗੀ ਤਰ੍ਹਾਂ ਪ੍ਰੋਪਰਲੀ ਹਜੇ ਕਲੀਅਰਲੀ ਪਤਾ ਨਹੀਂ ਲੱਗਾ। ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ। ਅਤੇ ਆਓ, ਕਈਆਂ ਵੀਰਾਂ ਦਾ ਕਮੈਂਟ ਵੀ ਆ ਰਹੇ ਸੀ ਅਤੇ ਰਿਕੁਐਸਟ ਵੀ ਆ ਰਹੀ ਸੀ ਕਿ ਇਸ ਸੌਂਗ 'ਤੇ ਜ਼ਰੂਰ ਐਕਸ਼ਨ ਕਰੀਏ, ਬੰਦਾ ਬੇਈਮਾਨ ਕਮਰ ਗਰੇਵਾਲ। ਆਓ ਚੈੱਕ ਕਰਦੇ ਕਿਵੇਂ ਦਾ ਸੌਂਗ ਹੋਣਾ ਕਰਦਾ ਹੈ ਅਤੇ ਕੀ ਗੱਲ ਬਾਉਣਾ ਹੋਣਾ ਕਰਦੀ ਹੈ, ਅਤੇ ਬੱਬੂ ਮਾਨ ਦਾ ਇਹਦੇ ਵਿੱਚ ਕੀ ਰੋਲ ਹੈ, ਆਓ ਉਹ ਵੀ ਦੱਸਣਾ ਕਰਿਓ। ਆਓ ਚੈੱਕ ਕਰੀਏ। ਬਈ ਆਵਾਜ਼ ਬੜੀ ਸੋਹਣੀ ਬਾਈ। ਨੀ ਮੈਂ ਪੀਰ ਪਾਪੀਆਂ ਦਾ ਲੱਖਾਂ ਪਾਪ ਨੇ ਕਮਾਏ, ਨੀ ਮੈਂ ਨਰਕਾਂ ਨੂੰ ਜਾਣਾ ਲੋਕ ਪਏ ਨੇ ਸਤਾਏ, ਨੀ ਮੈਂ ਗੰਨ ਤੂੰ ਗੁਲਾਬ, ਬੜਾ ਫਰਕ ਜਨਾਬ, ਮੇਰਾ ਆਪਣਾ ਹਿਸਾਬ ਤੇਰਾ ਆਪਣਾ ਹਿਸਾਬ, ਨਾ ਮੈਂ ਚੋਰ ਬਗਦਾਦੀ, ਨਾ ਮੈਂ ਚੋਰ ਬਗਦਾਦੀ, ਨਾ ਮੈਂ ਚੋਰ ਬਗਦਾਦੀ, ਲੁੱਟਾਂ ਫੁੱਲਾਂ ਦੀ ਦੁਕਾਨ, ਫੁੱਲਾਂ ਦੀ ਦੁਕਾਨ, ਫੁੱਲਾਂ ਦੀ ਦੁਕਾਨ। ਯਾਰ ਸਵਾਦ ਆ ਰਿਹਾ ਯਾਰ, ਕਿੰਨੀ ਪਿਆਰੀ ਵੋਕਲ ਹੈ ਬਾਈ ਦੀ ਯਾਰ, ਸੱਚੀ ਵਾਹ ਯਾਰ। ਨੀ ਤੂੰ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ, ਬੰਦਾ ਬੇਈਮਾਨ, ਬੰਦਾ ਬੇਈਮਾਨ, ਨੀ ਤੂੰ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ, ਬੰਦਾ ਬੇਈਮਾਨ, ਬੰਦਾ ਬੇਈਮਾਨ। ਕਿ ਰੂਹਾਨੀ ਚੀਜ਼ ਤੇ ਜੇ ਬੇਈਮਾਨ ਹੋਣਾ ਨਾ, ਫਾਇਦਾ ਵੀ ਹੋਣਾ ਤੇ ਇਸ ਤਰੀਕੇ ਦੇ ਨਾਲ ਹੋਇਓ ਕਿ ਉਹਦੇ ਵਾਸਤੇ ਤੁਸੀਂ ਕਰ ਕੀ ਸਕਦੇ ਹੋ। ਮਿਊਜ਼ਿਕ ਵੀ ਬਹੁਤ ਪਿਆਰਾ ਯਾਰ, ਸੌਂਗ ਵੀ ਬਹੁਤ। ਬਾਕੀ ਲਿਰਿਕਸ ਦੇ ਵਿੱਚ ਲਿਰਿਕਸ ਕੰਪੋਜ਼ਿੰਗ ਦੱਸੋ, ਕੋਈ ਪਦਮਾ ਹੈ ਆਈ ਮੇਰੀ ਪੇਪਾਲ ਵਾਂਗੂ ਚਾਰੇ ਪਾਸੇ ਦੁਹਾਈ, ਨਹੀਂ ਉਹ ਬਣਨਾ ਮੈਂ ਤੇਰੇ ਪਿਆਰ ਦਾ ਸ਼ੁਦਾਈ, ਮੇਰੀ ਜ਼ੁਲਮ ਦੀ ਜੰਗਲ ਦਾ ਰਾਜਾ, ਮੈਂ ਆ ਜੰਗਲ ਦਾ ਰਾਜਾ, ਮੈਂ ਆ ਜੰਗਲ ਦਾ ਰਾਜਾ, ਨਾ ਬਣ ਰਾਜੇ ਦੀ ਤੂੰ ਜਾਨ, ਰਾਜੇ ਦੀ ਤੂੰ ਜਾਨ, ਰਾਜੇ ਦੀ ਤੂੰ ਜਾਨ, ਨੀ ਤੂੰ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ, ਬੰਦਾ ਬੇਈਮਾਨ, ਬੰਦਾ ਬੇਈਮਾਨ। ਕਹਿੰਦੇ ਜੇ ਮੈਂ ਜੰਗਲ ਦਾ ਰਾਜਾ ਨਾ ਤੂੰ ਬਣ ਮੇਰੀ ਜਾਨ, ਯਾਰ ਕਿੱਡੇ ਸੋਹਣੇ ਲਿਰਿਕਸ ਦੇਖੋ ਯਾਰ, ਲਿਰਿਕਸ ਕਿ ਇੱਕ ਜੰਗਲ ਦਾ ਰਾਜਾ ਕੌਣ ਹੁੰਦਾ ਹੈ, ਸ਼ੇਰ, ਅਤੇ ਉਹਦੀ ਜਾਨ ਬਣਨ ਵਾਸਤੇ ਹਰ ਕੋਈ ਉਹਦਾ ਸ਼ਿਕਾਰ ਕਰਦਾ ਹੁੰਦਾ ਹੈ, ਪਰ ਇਹਦੇ ਵਿੱਚ ਗੱਲ ਕੀਤੀ ਹੈ ਨਾ ਤੂੰ ਬਣ ਮੇਰੀ ਜਾਨ, ਕਿ ਤੂੰ ਮੇਰੀ ਜਾਨ ਨਾ ਬਣ, ਕਿਉਂਕਿ ਮੈਂ ਜੇ ਪਿਆਰ ਕਰ ਬੈਠਾ ਤਾਂ ਫਿਰ ਮੈਂ ਪਾ ਕੇ ਹੀ ਰਹਿੰਦਾ ਹੁੰਦਾ, ਜਿਹਨੂੰ ਕਹਿੰਦੇ ਹੁੰਦੇ ਨਾ ਜੱਟ ਦੀ ਪਸੰਦ ਜੱਟ ਦੇ ਐਵੇਂ ਆਉਣੀਆਂ, ਫਿਰ ਉਹ ਜਿਹੜੀ ਚੀਜ਼ ਨੂੰ ਪਾਉਣ ਦੀ ਉਤਸ਼ਾਹਿਤ ਹੋਏ, ਪਹਿਲੀ ਗੱਲ ਤਾਂ ਉਹ ਪਿਆਰ ਕਰਦਾ ਨਹੀਂ ਹੁੰਦਾ, ਜੇ ਪਿਆਰ ਕਰਦਾ ਫਿਰ ਉਸ ਚੀਜ਼ ਨੂੰ ਪ੍ਰਾਪਤ ਕਰਨ ਦਾ ਦਮ ਰੱਖਦਾ। ਬੰਦਾ ਬੇਈਮਾਨ, ਬੰਦਾ ਬੇਈਮਾਨ, ਕਿਆ ਬਾਤ ਹੈ, ਸਵਾਲ ਆ ਗਿਆ ਯਾਰ, ਸੱਚੀ ਫਸਟ ਟਾਈਮ ਇਹੋ ਜਿਹਾ ਸੌਂਗ ਸੁਣ ਰਿਹਾ ਮੈਂ। ਤੇਰੀ ਕਰਨ ਤਾਰੀਫ ਸਾਰੇ ਅੰਬਰਾਂ ਦੇ ਤਾਰੇ, ਮੈਨੂੰ ਮਿਲੀ ਬਦਨਾਮੀ, ਜਾ ਕੇ ਪੁੱਛ ਲੈ ਤੂੰ ਸਾਰੇ, ਮੇਰਾ ਛੱਡ ਤੂੰ ਖਿਆਲ, ਮੇਰੀ ਜ਼ਿੰਦਗੀ
ਕਰ ਕਾਲੇ ਬੜੇ ਪਏ ਨੇ ਖਿਲਾਰੇ ਮੇਰਾ ਕੌਡੀ ਵੀ ਨਾ ਮੁੱਲ ਮੇਰਾ ਕੌਡੀ ਵੀ ਨਾ ਮੁੱਲ ਮੇਰਾ ਕੌਡੀ ਵੀ ਨਾ ਮੁੱਲ ਤੇ ਤੂੰ ਸੋਨੇ ਦੀਏ ਖਾਣ ਸੋਨੇ ਦੀਏ ਖਾਣ ਸੋਨੇ ਕੌਡੀ ਵੀ ਇਹ ਮੇਰਾ ਕੌਡੀ ਹੈ ਮੁੱਲ ਤੂੰ ਇਹ ਸੋਨੇ ਦੀ ਇਹ ਖਾਣ ਯਾਰ ਕਿੱਡੇ ਤਕੜੇ ਯਾਰ ਲਿਰਿਕਸ ਯਾਰ ਵਾਹ ਯਾਰ ਬਹੁਤ ਵਧੀਆ ਯਾਰ ਨੀ ਤੂੰ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ ਬੰਦਾ ਬੇਈਮਾਨ ਬੰਦਾ ਬੇਈਮਾਨ ਨੀ ਤੂੰ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ ਬੰਦਾ ਬੇਈਮਾਨ ਬੰਦਾ ਬੇਈਮਾਨ ਪਹਿਲੀ ਉਹ ਤਰੀਕ ਨੀ ਮੈਂ ਮੌਤ ਨਾਲ ਖੇਡਾਂ ਪੀਂਦਾ ਗੈਰ ਲਾ ਕੇ ਡੀਕ ਬੜਾ ਕੁਝ ਹੈ ਸਿਖਾਉਂਦੀ ਏ ਜ਼ਿੰਦਗੀ ਦੀ ਖੇਡ ਲੱਖਾਂ ਫਿਰਦੇ ਜੁਆਰੀ ਤੂੰ ਏ ਹੀਰਿਆਂ ਦੀ ਖੇਪ ਨਾ ਮੈਂ ਕੋਈ ਜਾਦੂਗਰ ਜੀ ਦੀ ਸੀ ਤੋਤੇ ਵਿੱਚ ਜਾਨ ਤੋਤੇ ਵਿੱਚ ਜਾਨ ਤੋਤੇ ਵਿੱਚ ਜਾਨ ਤੂੰ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ ਬੰਦਾ ਬੇਈਮਾਨ ਬੰਦਾ ਬੇਈਮਾਨ ਰੂਹਾਨੀ ਤੇ ਮੈਂ ਬੰਦਾ ਬੇਈਮਾਨ ਬੰਦਾ ਬੇਈਮਾਨ ਬੰਦਾ ਬੇਈਮਾਨ ਬੰਦਾ ਬੇਈਮਾਨ ਕੀ ਬਾਤ ਹੈ ਯਾਰ ਬੰਦਾ ਬੇਈਮਾਨ ਇਹ ਸੀ ਜੀ ਸੌਂਗ ਨੀ ਇਹ ਚੀਜ਼ ਤੂੰ ਇਹ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ ਸੱਚੀ ਯਾਰ ਲਿਰਿਕਸ ਦੇਖੋ ਕਿੱਡੇ ਪਿਆਰੇ ਲਿਖੇ ਹੋਏ ਨੇ ਯਾਰ ਜਿਹੜੀ ਪਹਿਲੇ ਸੋ ਮੈਂ ਕੌਡੀ ਦੇ ਬਦਲੇ ਤੂੰ ਸੋਨੇ ਦੀਆਂ ਖਾਣ ਹੀਰਿਆਂ ਦੀ ਗੱਲ ਕੀਤੀ ਮਤਲਬ ਕਿ ਇੱਕ ਉਸ ਦੂਜੇ ਬੰਦੇ ਦੀ ਤਾਰੀਫ ਕੀਤੀ ਹੈ ਕਿ ਮੈਂ ਇਹੋ ਜਿਹਾ ਵਾਂ ਇਹ ਬੜੀ ਇੱਕ ਨਿਮਰਤਾ ਵਾਲੀ ਵੀ ਗੱਲ ਹੁੰਦੀ ਹੈ ਯਾਰ ਜਦੋਂ ਨਾ ਅਸੀਂ ਕਿਸੇ ਜ਼ਿਆਦਾਤਰ ਤੁਸੀਂ ਸੌਂਗਾਂ ਦੇ ਵਿੱਚ ਇਹੀ ਚੀਜ਼ ਸੁਣਿਆ ਹੋਊਗਾ ਮੈਂ ਆਹ ਕਰ ਦੂੰ ਮੈਂ ਆਹ ਕਰ ਦੂੰ ਆਹ ਚੱਕ ਲੂੰ ਮੈਂ ਆਹ ਚੱਕ ਲੂੰ ਮੈਂ ਇਹੋ ਜਿਹਾ ਪਰ ਉਹ ਬੜੀ ਵੱਡੀ ਗੱਲ ਹੁੰਦੀ ਹੈ ਜਿੱਥੇ ਆਪਣੇ ਆਪ ਨੂੰ ਨੀਵਾਂ ਅਤੇ ਦੂਜੇ ਨੂੰ ਉੱਚਾ ਦਿਖਾਇਆ ਜਾਂਦਾ ਇਹ ਸੌਖੀ ਗੱਲ ਨਹੀਂ ਹੈ ਬਾਈ ਇਹ ਕੋਈ ਕੋਈ ਲਿਖਦਾ ਹੈ ਕੋਈ ਕੋਈ ਗਾਉਂਦਾ ਇਹੋ ਜਿਹਾ ਜਿਹੜਾ ਆਪਣੇ ਆਪ ਨੂੰ ਨੀਵਾਂ ਅਤੇ ਦੂਜੇ ਨੂੰ ਉੱਚਾ ਦਿਖਾਉਂਦਾ ਹੈ ਕਿ ਬਾਈ ਤੂੰ ਉੱਚਾ ਹੈ ਇਸ ਕਰਕੇ ਯਾਦ ਰੱਖਿਓ ਜਦੋਂ ਤੁਸੀਂ ਕਿਸੇ ਨੂੰ ਉੱਚਾ ਦਿਖਾਉਂਦੇ ਹੋ ਨਾ ਤੁਸੀਂ ਆਪਣੇ ਆਪ ਹੀ ਨਿਗਾਹ ਦੇ ਵਿੱਚ ਉੱਚੇ ਬਣ ਜਾਂਦੇ ਹੋ ਕਿਉਂ ਕਿਉਂਕਿ ਤੁਹਾਡੇ ਅੰਦਰ ਉਹ ਤੁਹਾਡੀ ਨਿਮਰਤਾ ਜਿਹੜੀ ਹੈ ਨਾ ਉਹ ਬਹੁਤ ਉੱਚੇ ਲੈਵਲ ਦੀ ਹੁੰਦੀ ਹੈ ਉਹ ਛੋਟੀ ਗੱਲ ਨਹੀਂ ਹੁੰਦੀ ਇਸ ਕਰਕੇ ਆਪਣੇ ਆਪ ਨੂੰ ਹਮੇਸ਼ਾ ਹੀ ਜਿਵੇਂ ਗੁਰਬਾਣੀ ਕਹਿੰਦੀ ਹੈ ਨਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੈ ਸੋਏ ਕਿ ਅਸੀਂ ਕਿਸੇ ਨੂੰ ਬੁਰਾ ਕਹਿਣ ਤੋਂ ਚੰਗਾ ਪਹਿਲਾਂ ਆਪ ਚੰਗੇ ਬਣ ਜਾਈਏ ਕਹਿੰਦੇ ਅਸੀਂ ਨਹੀਂ ਚੰਗੇ ਕੋਈ ਗੱਲ ਨਹੀਂ ਅਸੀਂ ਆਪਣੇ ਆਪ ਨੂੰ ਠੀਕ ਕਰਾਂਗੇ ਬਾਕੀ ਕਿਸੇ ਨੂੰ ਤੁਸੀਂ ਦੱਸ ਸਕਦੇ ਹੋ ਆਹ ਚੀਜ਼ ਗੱਲ ਆਹ ਗੱਲ ਇੱਥੇ ਟੂ ਠੀਕ ਨਹੀਂ ਠੀਕ ਹੋਣਾ ਜਾਂ ਨਹੀਂ ਹੋਣਾ ਉਹ ਉਹਦੇ 'ਤੇ ਡਿਪੈਂਡ ਕਰਦਾ ਪਰ ਆਪਣੇ ਆਪ ਨੂੰ ਤੁਸੀਂ ਠੀਕ ਕਰੋ ਇਸ ਕਰਕੇ ਬਹੁਤ ਵੱਡੀ ਇਹ ਚੀਜ਼ ਇਸ ਗਾਣੇ ਦੇ ਵਿੱਚੋਂ ਮੈਨੂੰ ਸੁਣਨ ਵਾਸਤੇ ਮਿਲ ਰਹੀ ਹੈ ਕਿ ਤੂੰ ਚੀਜ਼ ਰੂਹਾਨੀ ਅਤੇ ਮੈਂ ਬੰਦਾ ਬਈਮਾ ਇਹ ਕਿਸੇ ਪੱਖ ਤੋਂ ਵੀ ਲਾ ਲਓ ਬਈ ਆਪਣੇ ਆਪ ਨੂੰ ਨੀਵਾਂ ਅਤੇ ਦੂਜੇ ਨੂੰ ਉੱਚਾ ਦਿਖਾਉਣਾ ਕਿ ਬਾਈ ਤੂੰ ਉੱਚਾ ਹੈ ਨਹੀਂ ਤਾਂ ਅੱਜ ਦੇ ਜ਼ਮਾਨੇ ਦੇ ਵਿੱਚ ਲੋਕ ਆਪਣੇ ਆਪ ਨੂੰ ਉੱਚਾ ਅਤੇ ਦੂਜਿਆਂ ਨੂੰ ਨੀਵੇਂ ਦਿਖਾਉਂਦੇ ਫਿਰਦੇ ਆ ਇਹ ਗੱਲ ਹੈ ਇਹ ਫਰਕ ਹੈ ਇਸ ਸੌਂਗ ਦੇ ਵਿੱਚ ਯਾਰ ਸਵਾਦ ਆ ਗਿਆ ਸੱਚੀ ਯਾਰ ਐਂਡਲੈਸ ਸੌਂਗ ਦੱਸਣਾ ਕਿਵੇਂ ਦਾ ਸੌਂਗ ਲੱਗਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ।